ਸਨੋਫਾਲਿੰਗ ਤਾਂ ਨਹੀਂ ਹੋਈ ਉਸ ਤੋਂ ਬਾਅਦ, ਬਟ ਟੈਂਪਰੇਚਰ ਕਿਉਂਕਿ ਕੋਲਡ ਰਿਹਾ ਲਿਹਾਜ਼ਾ ਜਿਹੜੀ ਬਰਫ਼ ਪਈ ਸੀ ਨਾ ਉਹ ਪਿਘਲੀ ਨਹੀਂ ਹੈਗੀ। ਆਹ ਤੁਸੀਂ ਜਿਹੜਾ ਦੇਖ ਰਹੇ ਹੋ ਨਾ ਆਹ ਚੀਜ਼ਾਂ, ਇਹ ਬੇਸਿਕਲੀ ਬਰਾਊਨ ਸਾਲਟ ਹੁੰਦਾ, ਇਹਨੂੰ ਗ੍ਰਿਟ ਕਹਿੰਦੇ ਆ। ਇਹਨਾਂ ਪਤਾ ਨਹੀਂ ਕਿਹੜੀਆਂ ਕਿਹੜੀਆਂ ਕੰਪਨੀਆਂ ਬੀ ਟੀ ਨੇ ਇੰਗੇਜ ਕੀਤੀਆਂ ਹੋਈਆਂ ਨੇ, ਉਹ ਇੱਕ ਫਾਸਟੈਸਟ ਇੰਟਰਨੈਟ ਦੇ ਜਿਹੜਾ ਨੈਟਵਰਕ ਆ ਇਨਫਰਾਸਟ੍ਰਕਚਰ ਉਹ ਬਿਲਡ ਕੀਤਾ ਜਾ ਰਿਹਾ ਆ। ਸਨੋਅ ਦੇ ਉੱਤੇ ਨਾ ਗੱਡੀ ਚਲਾਉਣ ਵਾਸਤੇ ਇੱਕ ਸਪੈਸ਼ਲ ਸਕਿੱਲ ਸੈੱਟ ਚਾਹੀਦਾ ਹੁੰਦਾ ਆ, ਇੱਕ ਸਪੈਸ਼ਲ ਟ੍ਰੇਨਿੰਗ ਚਾਹੀਦੀ ਹੁੰਦੀ ਹੈ ਟੂ ਬੀ ਓਨੈਸਟ। ਹੈਲੋ ਐਵਰੀਵਨ, ਵੈਲਕਮ ਬੈਕ ਟੂ ਮਾਈ ਚੈਨਲ, ਅਨਦਰ ਵਲੌਗ, ਅਨਦਰ ਡੇ। ਅਤੇ ਅੱਜ ਦਾ ਦਿਨ ਜਿਹੜਾ ਆ ਇਹ ਖਸੂਸੀ ਦਿਨ ਆ, ਸਪੈਸ਼ਲ ਡੇ ਆ, ਬਿਕੋਜ਼ ਟੂਡੇ ਜੀ ਹਾਂ, ਬੜੇ ਹੀ ਅਰਸੇ ਤੋਂ ਬਾਅਦ ਫਾਈਨਲੀ ਅੱਜ ਸਨੋਅ ਪੈਣੀ ਸ਼ੁਰੂ ਹੋ ਗਈ ਆ। ਕੋਈ ਲੰਮੀ ਦੇਰ ਸਨੋਅ ਨਹੀਂ ਪੈਣੀ ਹੈਗੀ, ਅੱਜ ਦਾ ਸਾਰਾ ਦਿਨ ਦੀ ਪ੍ਰੀਡਿਕਸ਼ਨ ਆ। ਅਤੇ ਹੋਪਫੁਲੀ ਮੈਂ ਉਮੀਦ ਕਰਦਾ ਹਾਂ ਕਿ ਜਨਾਬ ਇੰਨੀ ਪੈ ਜਾਏਗੀ ਕਿ ਜਨਾਬ ਸ਼ਾਮ ਨੂੰ ਜਾਂ ਕੱਲ੍ਹ ਅਸੀਂ ਸਨੋਮੈਨ ਬਣਾ ਸਕੀਏ। ਉਹ ਮੇਰਾ ਛੋਟਾ ਕਹਿ ਗਿਆ ਪਹਿਲਾਂ ਹੀ ਕਿ ਜਨਾਬ ਸ਼ਾਮੀ ਸਕੂਲ ਤੋਂ ਬਾਅਦ ਸਨੋਮੈਨ ਬਣਾਉਣਾ ਹੈ। ਸੋ ਮਜ਼ੇਦਾਰ ਕੰਮ ਹੁੰਦਾ ਹੈ, ਮਜ਼ੇਦਾਰ ਜ਼ਿਆਦਾ ਤਾਂ ਹੁੰਦਾ ਜੇ ਤੁਸੀਂ ਕੋਈ ਕੰਮ ਨਾ ਕਰਨਾ ਹੋਵੇ, ਜੇ ਤੁਸੀਂ ਬਸ ਚਾਹ ਪੀਣੀ ਹੋਵੇ ਕਿ ਵਿੰਡੋ 'ਚੋਂ ਬਾਹਰ ਵੇਖਣਾ ਹੋਵੇ, ਟੀ ਵੀ ਚੱਲ ਰਿਹਾ ਹੋਵੇ, ਫਿਰ ਸਨੋਅ ਦਾ ਮਜ਼ਾ ਆਇਆ, ਜਾਂ ਬਾਹਰ ਜਾ ਕੇ ਸਨੋਅ ਦੇ ਵਿੱਚ ਪਲੇ ਅਰਾਊਂਡ ਕਰੋ। ਲੇਕਿਨ ਸਟਿਲ ਆਈ ਲਵ ਸਨੋਅ, ਫਾਈਨਲੀ ਅੱਜ ਯੂਕੇ ਦੇ ਵਿੱਚ ਸਨੋਅ ਪੈਣ ਲੱਗ ਪਈ ਆ, ਲੈਟਸ ਇੰਜੋਏ। ਅੱਜ ਮੈਂ ਕਾਫੀ ਦਿਨਾਂ ਬਾਅਦ ਹੁਣ ਕੈਮਰਾ ਖੋਲ੍ਹਿਆ ਆ। ਪਹਿਲੇ ਤੁਹਾਨੂੰ ਦਿਖਾਈ ਸੀ ਸਨੋਅ ਪੈ ਰਹੀ ਸੀ ਜਿਸ ਦਿਨ, ਉਸ ਦਿਨ ਦੇ ਕੁਛ ਕਲਿਪਸ ਦਿਖਾਏ ਸੀਗੇ, ਹੁਣ ਕਾਫੀ ਦਿਨ ਗੁਜ਼ਰ ਗਏ ਨੇ। ਲੇਕਿਨ ਸਨੋਅ ਉਸ ਦਿਨ ਤੋਂ ਬਾਅਦ ਕੋਈ ਲੰਮੀ ਚੌੜੀ ਨਹੀਂ ਪਈ ਹੈਗੀ, ਲੇਕਿਨ ਜਿਹੜੀ ਉਦੋਂ ਦੀ ਪਈ ਸੀ ਨਾ ਉਹ ਹਾਲੇ ਤੱਕ ਬਰਕਰਾਰ। ਉਹਦੀ ਵਜ੍ਹਾ ਇਹ ਸੀਗੀ ਕਿ ਟੈਂਪਰੇਚਰ ਨਾ ਕਾਫੀ ਕੋਲਡ ਰਿਹਾ ਆ, ਉਸ ਤੋਂ ਬਾਅਦ ਵੀ ਸਨੋਅ ਫਾਲਿੰਗ ਤਾਂ ਨਹੀਂ ਹੋਈ ਉਸ ਤੋਂ ਬਾਅਦ, ਬਟ ਟੈਂਪਰੇਚਰ ਕਿਉਂਕਿ ਕੋਲਡ ਰਿਹਾ ਲਿਹਾਜ਼ਾ ਜਿਹੜੀ ਬਰਫ਼ ਪਈ ਸੀ ਨਾ ਉਹ ਪਿਘਲੀ ਨਹੀਂ ਹੈਗੀ। ਸੈਕਿੰਡਲੀ ਜਿਹੜੇ ਹੁੰਦੀਆਂ ਨਾ ਅੰਦਰੂਨੀ ਗਲੀਆਂ ਗੁਲੀਆਂ ਹੁੰਦੀਆਂ ਨੇ ਜਿਹੜੀਆਂ, ਜਿਹੜੇ ਮੇਨ ਰੋਡ ਨਹੀਂ ਹੁੰਦੇ, ਉਹਨਾਂ 'ਤੇ ਨੇ ਟ੍ਰੈਫਿਕ ਵੀ ਨਹੀਂ ਹੁੰਦੀ, ਜਿਹੜੇ ਸਾਈਡ 'ਤੇ ਫੁੱਟਪਾਥ ਹੁੰਦੇ ਉੱਥੇ ਲੋਕਾਂ ਨੇ ਬਹੁਤ ਚੱਲਣਾ ਵੀ ਨਹੀਂ ਹੁੰਦਾ, ਲਿਹਾਜ਼ਾ ਨਾ ਉੱਥੇ ਫਿਰ ਬਰਫ਼ ਪਈ ਹੀ ਰਹਿੰਦੀ ਆ। ਆਹ ਦੇਖੋ ਤਾਂ ਮੇਰੀ ਹੁਣ ਗੱਡੀ ਬਾਹਰ ਖੜ੍ਹੀ ਹੈ ਅਤੇ ਇਹਦੇ ਉੱਤੇ ਵੀ ਸਨੋਅ ਪਈ ਹੋਈ ਆ, ਔਰ ਜਿਹੜੀ ਫਰੰਟ ਸਕਰੀਨ ਆ ਯੂ ਕੈਨ ਸੀ ਉਹ ਫੁੱਲੀ ਨਾ ਮਿਸਟਡ ਹੋਈ ਹੋਈ ਆ। ਅਤੇ ਹੁਣ ਮੈਂ ਜਾਣਾ ਆ ਸਕੂਲ ਬੇਟਾ ਲੈਣ ਵਾਸਤੇ, ਸੋ ਲੈਸ ਡੀ ਮਿਸਟ ਐਵਰੀਥਿੰਗ। ਹੁਣ ਮੈਂ ਕਰਨਾ ਹੈ ਗੱਡੀ ਜਾ ਕੇ ਸਟਾਰਟ ਕਰਕੇ ਆ ਜਾਂਦਾ ਅਤੇ ਹੀਟਿੰਗ ਵਗੈਰਾ ਔਨ ਕਰਕੇ, ਅਤੇ ਹੋਪਫੁਲੀ ਅਰਾਊਂਡ 5-10 ਮਿੰਟਸ ਵਿੱਚ ਇਹ ਸਭ ਕੁਛ ਕਲੀਅਰ ਹੋ ਜਾਏਗਾ, ਦੈਨ ਵਿਲ ਗੋ ਟੂ ਪਿਕ ਹਿਮ ਅਪ। ਆਹ ਦੇਖੋ ਜ਼ਰਾ ਉੱਦਾਂ ਹੀ ਨਾ ਸੜਕਾਂ ਦੇ ਉੱਤੇ ਪਈ ਹੋਈ ਹੈ। ਆਹ ਤੁਸੀਂ ਜਿਹੜਾ ਦੇਖ ਰਹੇ ਹੋ ਨਾ ਆਹ ਚੀਜ਼ਾਂ, ਇਹ ਬੇਸਿਕਲੀ ਬਰਾਊਨ ਸਾਲਟ ਹੁੰਦਾ, ਇਹਨੂੰ ਗ੍ਰਿਟ ਕਹਿੰਦੇ ਆ। ਜਦੋਂ ਸਨੋਅ ਪੈਂਦੀ ਹੈ ਨਾ ਅਤੇ ਇਹਦੀ ਉੱਥੇ ਕੌ ਵਗੈਰਾ ਪਈ, ਇਹਦੇ ਨਾਲ ਨਾ ਫਿਰ ਜਿਹੜੀ ਇਹ ਬਰਫ਼ ਪਈ ਹੁੰਦੀ ਆ ਉਹ ਪਿਘਲ ਜਾਂਦੀ ਆ। ਅਗਰ ਤੁਸੀਂ ਦੇਖੋ ਨਾ ਉਹ ਇੱਥੇ ਕਰਕੇ ਤੁਹਾਨੂੰ ਇੱਕ ਯੈਲੋ ਬਾਕਸ ਨਜ਼ਰ ਆਏਗਾ, ਇਸ ਬਾਕਸ ਦੇ ਵਿੱਚ ਪਿਆ ਹੁੰਦਾ, ਅਤੇ ਉੱਥੋਂ ਫਿਰ ਨਾ ਕੱਢ ਕੇ ਅਤੇ ਇਸਤੇਮਾਲ ਕਰੋ। ਅੱਲਾ ਕਰੇ ਗੱਡੀ ਸਟਾਰਟ ਹੋ ਜਾਵੇ, ਬਿਕੋਜ਼ ਮੈਂ ਗੱਡੀ ਇੰਨੀ ਲੰਮੀ ਚੌੜੀ ਚਲਾਉਂਦਾ ਨਹੀਂ ਹੈਗਾ, ਔਰ ਵਿੰਟਰ ਦੇ ਵਿੱਚ ਆ ਕੇ ਨਾ ਇਹਦੀ ਜਿਹੜੀ ਬੈਟਰੀ ਆ ਉਹ ਡੈਡ ਹੁੰਦੀ ਰਹਿੰਦੀ ਆ। ਲੈਟਸ ਰੀਡ ਬਿਸਮਿਲ੍ਲਾ, ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਹੋ ਗਈ ਸਟਾਰਟ ਅਲਹਮਦੁਲਿਲਾ। ਅਤੇ ਅਦਰਵਾਈਜ਼ ਮੇਰੇ ਕੋਲ ਜੰਪ ਸਟਾਰਟ ਵੀ ਪਈ ਹੈਗੀ, ਜੰਪ ਸਟਾਰਟ ਕਿੱਟ ਆ ਉਹ ਨਾ ਫਿਰ ਬੋਨਟ ਖੋਲ੍ਹ ਕੇ ਉਹਨੂੰ ਲਾਉਣੀ ਪੈਂਦੀ ਆ ਅਤੇ ਸਟਾਰਟ ਹੋ ਜਾਂਦੀ ਹੈ। ਬਹਰਹਾਲ ਇਸ਼ੂ ਕੋਈ ਨਹੀਂ ਹੈਗਾ, ਲੇਕਿਨ ਬਸ ਨਾ ਐਵੇਂ 2 ਮਿੰਟ ਦੀ ਹੈਸਲ ਹੋ ਜਾਂਦੀ ਆ। ਸੋ ਲੈਟਸ ਲੀਵ ਦਾ ਕਾਰ ਔਨ, ਬਲਾਸਟ ਕਰਦੀ ਹੈ ਹੀਟ ਨੂੰ। ਇਹਨੂੰ ਖੁੱਲ੍ਹਾ ਨਹੀਂ ਛੱਡ ਕੇ ਜਾਣਾ ਹੈਗਾ, ਮੇਰੇ ਕੋਲ ਦੂਸਰੀ ਚਾਬੀ ਹੈਗੀ ਆ ਉਹਦੇ ਨਾਲ ਨਾ ਇਹਨੂੰ ਕਰ ਦੇਣਾ ਲੌਕ। ਅਤੇ ਇਹਨੇ ਜਨਾਬ ਹੁਣ 10 ਮਿੰਟ ਦੇ ਵਿੱਚ ਹੋ ਜਾਣਾ ਰੈਡੀ, ਦੈਨ ਵਿਲ ਗੋ ਪਿਕ ਹਿਮ ਅਪ।
ਆ 2 ਮਿੰਟ ਹੋਏ ਨੇ, ਤੁਸੀਂ ਦੇਖ ਸਕਦੇ ਹੋ ਸਕਰੀਨ ਜਿਹੜੀ ਆ ਨਾ ਉਹ ਕਲੀਅਰ ਹੋਣਾ ਸ਼ੁਰੂ ਹੋ ਗਈ। ਇਹਨੂੰ ਬਸ ਨਾ 5-10 ਮਿੰਟ ਲੱਗਣਗੇ, ਦੈਨ ਇਸ ਤਰ੍ਹਾਂ ਗੈਟ ਆਲ ਕਲੀਅਰਡ ਅਪ ਅਤੇ ਫਿਰ ਆਪਾਂ ਜਨਾਬ ਸਪ੍ਰਿੰਟ ਮਾਰਦੇ ਹਾਂ ਅਤੇ ਸਕੂਲੋਂ ਲੈ ਕੇ ਆਉਂਦੇ ਹਾਂ ਕਾਕੇ ਨੂੰ। ਬਟ ਟਾਈਮ ਹੋ ਗਿਆ, ਉਮੀਦ ਆ ਗੱਡੀ ਵੀ ਕਲੀਅਰ ਹੋ ਗਈ ਹੋਣੀ ਆ ਜਲਦੀ ਜਲਦੀ ਬਸ, ਜਾਂ ਗੱਡੀ ਕਲੀਅਰ ਹੋ ਗਈ। ਕੋਟ ਪਾਈਏ, ਸ਼ੂਜ਼ ਪਾਈਏ ਅਤੇ ਨਿਕਲੀਏ। ਹੈਟ ਰਹਿ ਗਈ ਆ ਉੱਪਰ, ਯਾ ਦੇਅਰ ਇਟ ਇਜ਼। ਸਨੋਅ ਦੇ ਉੱਤੇ ਨਾ ਗੱਡੀ ਚਲਾਉਣ ਵਾਸਤੇ ਇੱਕ ਸਪੈਸ਼ਲ ਸਕਿੱਲ ਸੈੱਟ ਚਾਹੀਦਾ ਹੁੰਦਾ ਆ, ਇੱਕ ਸਪੈਸ਼ਲ ਟ੍ਰੇਨਿੰਗ ਚਾਹੀਦੀ ਹੁੰਦੀ ਹੈ ਟੂ ਬੀ ਓਨੈਸਟ। ਅਤੇ ਜਿਹੜਾ ਸਕਿੱਲ ਸੈੱਟ ਆ ਉਹ ਤਾਂ ਆਪਣੀ ਜਗ੍ਹਾ 'ਤੇ ਹੈਗਾ ਹੀ ਆ, ਜਿਹੜੇ ਕੁਛ ਰੂਲ ਨੇ ਨਾ, ਕੁਛ ਇੰਸਟਰਕਸ਼ਨਸ ਨੇ, ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੀ ਇੰਸਟਰਕਸ਼ਨ ਇਹ ਹੈ ਕਿ ਸਨੋਅ ਦੇ ਉੱਤੇ ਗੱਡੀ ਨਾ ਚਲਾਓ। ਤੁਹਾਨੂੰ ਅਗਰ ਕੋਈ ਜ਼ਰੂਰਤ ਨਹੀਂ ਨਾ ਹੈਗੀ ਐਵੇਂ ਬਿਲਾ ਵਜ੍ਹਾ ਬਾਹਰ ਜਾਣ ਦੀ ਗੱਡੀ ਚਲਾਉਣ ਦੀ, ਤਾਂ ਨਾ ਚਲਾਓ। ਅਗਰ ਤੁਸੀਂ ਚਾਰੋਂ ਨਿਸ਼ਾਨੇ ਚਿੱਤ ਹੋ ਹੀ ਗਏ ਹੋ, ਕੋਈ ਜਨਾਬ ਹੁਣ ਸੂਰਤ ਹਾਲ ਨਹੀਂ ਹੈ ਕਿ ਤੁਸੀਂ ਅਵੋਇਡ ਕਰ ਸਕੋ, ਸਿਰਫ ਉਸ ਸੂਰਤ 'ਚ ਗੱਡੀ ਚਲਾਓ। ਅਤੇ ਫਿਰ ਜਿਹੜੀਆਂ ਇੰਸਟਰਕਸ਼ਨਸ ਨੇ ਕਿ ਜਨਾਬ ਗੱਡੀ ਕਿਹੜੀ ਚਲਾਉਣੀ, ਕਿੱਦਾਂ ਚਲਾਉਣੀ ਆ, ਕਿਹੜਾ ਗੇਅਰ ਹੋਣਾ ਚਾਹੀਦਾ, ਕਿੱਥੇ ਸਟੇਅਰਿੰਗ ਘੁਮਾਉਣਾ, ਕਿੱਥੇ ਨਹੀਂ ਘੁਮਾਉਣਾ, ਫਿਰ ਉਹ ਸਾਰੀਆਂ ਚੀਜ਼ਾਂ ਬਾਅਦ 'ਚ ਆਉਂਦੀਆਂ ਨੇ। ਪਹਿਲਾ ਰੂਲ ਇਹ ਹੈ ਕਿ ਬੜਾ ਜਾਓ, ਨਾ ਚਲਾਓ ਗੱਡੀ। ਰੋਡ ਨਾ ਭਾ ਬਜ਼ਾਹਰ ਕਲੀਅਰ ਲੱਗਦੇ ਨੇ, ਲੇਕਿਨ ਕਿਉਂਕਿ ਬਰਫ਼ ਪਈ ਸੀ ਨਾ ਕੁਛ ਦਿਨ ਪਹਿਲੇ, ਔਰ ਟੈਂਪਰੇਚਰ ਜਿਹੜਾ ਆ ਮਾਈਨਸ ਤੋਂ ਉੱਤੇ ਨਹੀਂ ਜਾ ਰਿਹਾ ਹੈਗਾ, ਉਸ ਲਈ ਨਾ ਚਾਂਸਿਸ ਹੁੰਦਾ ਆ ਕਿ ਰੋਡ ਦੇ ਉੱਤੇ ਨਾ ਬਲੈਕ ਆਈਸ ਬਣੀ ਹੋਈ ਹੋਵੇ। ਬਲੈਕ ਆਈਸ ਹੁੰਦੀ ਆ ਕਿ ਸਨੋਅ ਆ, ਉਹ ਸਨੋਅ ਨਾ ਉੱਤੇ ਗੱਡੀਆਂ ਚੱਲ ਚੱਲ ਕੇ ਉਹ ਫਲੈਟ ਹੋ ਗਈ ਹੈ, ਅਤੇ ਫਲੈਟ ਹੋ ਕੇ ਨਾ ਬਿਲਕੁਲ ਕਲੀਅਰ ਹੋ ਜਾਂਦੀ ਹੈ। ਜਦੋਂ ਕਲੀਅਰ ਹੁੰਦੀ ਹੈ ਨਾ, ਅਤੇ ਥੱਲੇ ਤੁਹਾਨੂੰ ਉਹ ਬਲੈਕ ਰੋਡ ਨਜ਼ਰ ਆਉਂਦਾ ਆ, ਲੇਕਿਨ ਉੱਤੇ ਨਾ ਹੁੰਦੀ ਆਈਸ ਆ, ਔਰ ਉਹਦੇ ਉੱਤੋਂ ਫਿਰ ਗੱਡੀ ਨਾ ਸਲਿਪ ਹੋਣ ਦੇ ਬੜੇ ਖਤਰਾਤ ਹੁੰਦੇ, ਬੜੇ ਚਾਂਸਿਸ ਹੁੰਦੇ। ਇਸ ਲਈ ਨਾ ਨੀਡ ਟੂ ਬੀ ਵੈਰੀ ਵੈਰੀ ਕੇਅਰਫੁਲ ਜਦੋਂ ਇਹੋ ਜਿਹਾ ਮੌਸਮ। ਤੁਸੀਂ ਦੇਖ ਰਹੇ ਹੋ ਨਾ ਬਾਹਰ ਸਾਈਡਾਂ ਦੇ ਉੱਤੇ ਲੱਗੇ ਹੋਏ ਨੇ ਬਰਫ਼ ਪਈ ਆ, ਉੱਦਾਂ ਹੀ ਫਲੈਟ ਹੋਈ ਹੋਈ ਆ, ਸਲਿਪਰੀ ਬਣੀ ਹੋਈ ਆ, ਅਤੇ ਉੱਥੇ ਹਾਲੇ ਬਰਫ਼ ਦੀ ਸ਼ਕਲ ਦੇ ਵਿੱਚ ਮੌਜੂਦ ਆ, ਲੇਕਿਨ ਰੋਡ ਦੇ ਉੱਤੇ ਨਾ ਕੁਆਇਟ ਚਾਂਸਿਸ ਹੁੰਦੇ ਨੇ ਕਿ ਉਹ ਬਲੈਕ ਆਈਸ ਬਣ ਗਈ ਹੋਈ ਆ। ਇਤਨੀ ਮਤਲਬ ਫਲੈਟਨ ਹੋ ਕੇ ਅਤੇ ਕਲੀਅਰ ਹੋ ਗਈ ਹੋਈ ਆ, ਕ੍ਰਿਸਟਲ ਕਲੀਅਰ ਕਿ ਹੈਗੀ ਆ ਉੱਥੇ ਬਰਫ਼, ਬਟ ਨਜ਼ਰ ਨਹੀਂ ਆਉਂਦੀ ਹੈਗੀ, ਔਰ ਉਹਦੀ ਵਜ੍ਹਾ ਤੋਂ ਨਾ ਰੋਡ ਇੰਤਹਾਈ ਸਲਿਪਰੀ ਹੋ ਜਾਂਦਾ ਹੈ। ਇੱਥੇ ਨਾ ਯਾਰ ਹਮੇਸ਼ਾ ਹੀ ਰੋਡ ਬਲੋਕ ਹੋਇਆ ਹੁੰਦਾ, ਰੋਡ ਬਲੋਕ ਨਹੀਂ ਹੁੰਦਾ, ਟ੍ਰੈਫਿਕ ਇਕੱਠੀ ਹੋਈ ਹੁੰਦੀ ਆ। ਇੱਥੇ ਨਾ ਅੱਗੇ ਦਰਅਸਲ ਕੋਈ ਇੰਟਰਨੈਟ ਦਾ ਕੰਮ ਹੋ ਰਿਹਾ, ਇੰਟਰਨੈਟ 'ਤੇ ਨਾ ਕੇਬਲਿੰਗ ਚੱਲ ਰਹੀ ਆ। ਇਹ ਬੇਸਿਕਲੀ ਯੂਕੇ ਦੇ ਵਿੱਚ ਨਾ ਅੱਜ ਕੱਲ੍ਹ ਉਹ ਇੱਕ ਫਾਸਟੈਸਟ ਇੰਟਰਨੈਟ ਦੇ ਜਿਹੜਾ ਨੈਟਵਰਕ ਆ ਇਨਫਰਾਸਟਰਕਚਰ ਉਹ ਬਿਲਡ ਕੀਤਾ ਜਾ ਰਿਹਾ ਆ, ਅਤੇ ਜਿਹੜਾ 1 GB ਵਾਲਾ ਇੰਟਰਨੈਟ ਸਪੀਡ ਆ ਨਾ ਉਹਦਾ ਕੁਛ ਇਲਾਕਿਆਂ 'ਚ ਹੋ ਗਿਆ ਹੋਇਆ, ਕੁਛ 'ਚ ਹੋ ਰਿਹਾ, ਸਾਡੇ ਇਲਾਕੇ 'ਚ ਨਾ ਹੋ ਰਿਹਾ ਹੈ ਅੱਜ ਕੱਲ੍ਹ। ਉਹਦੀ ਵਜ੍ਹਾ ਤੋਂ ਨਾ ਇੱਥੇ ਅੱਗੇ ਕਰਕੇ ਉਹ ਕੋਈ ਕੇਬਲਿੰਗ ਵਗੈਰਾ ਕਰ ਰਹੇ ਨੇ, ਅਤੇ ਇੱਕ ਸਾਈਡ ਉਹਨਾਂ ਨੇ ਬੰਦ ਕੀਤੀ ਹੁੰਦੀ ਹੈ, ਇੱਕ ਸਾਈਡ ਖੁੱਲ੍ਹੀ ਹੁੰਦੀ ਹੈ, ਉੱਥੋਂ ਹੀ ਟ੍ਰੈਫਿਕ ਆ ਰਹੀ ਹੁੰਦੀ, ਉੱਥੋਂ ਹੀ ਜਾ ਰਹੀ ਹੁੰਦੀ ਆ। ਆਹ ਦੇਖੋ ਆਹ ਕੰਮ ਹੋ ਰਿਹਾ ਜੀ, ਸ਼ੋਰਟ ਐਂਡ ਟੈਲੀਕੋਮ ਯੂਟੀਲਿਟੀਜ਼ ਐਂਡ ਐਵਰੀਥਿੰਗ। ਇਹ ਨਾ ਪਤਾ ਨਹੀਂ ਕਿਹੜੀਆਂ ਕਿਹੜੀਆਂ ਕੰਪਨੀਆਂ ਬੀ ਟੀ ਨੇ ਇੰਗੇਜ ਕੀਤੀਆਂ ਹੋਈਆਂ ਨੇ ਨੈਟਵਰਕ ਕਰਨ ਵਾਸਤੇ। ਇੱਕ ਜਿਹੜੀ ਕੰਪਨੀ ਹੈ ਨਾ ਓਪਨ ਰੀਚ, ਓਪਨ ਰੀਚ ਬੀ ਟੀ ਦੀ ਪਰਮਾਨੈਂਟ ਕੰਟਰੈਕਟਰ ਆ, ਉਹਨਾਂ ਦੇ ਉੱਤੇ ਜਿਹੜੇ ਸਾਈਨ ਵਗੈਰਾ ਨੇ ਉਹ ਬੀ ਟੀ ਦੇ ਲੱਗੇ ਹੁੰਦੇ ਨੇ। ਬਟ ਇਹ ਕੰਮ ਐਡਾ ਵੱਡਾ ਆ ਕਿ ਇਹਨੇ ਨਾ ਬੀ ਟੀ ਨੇ ਬਹੁਤ ਸਾਰੇ ਕੰਟਰੈਕਟਰਸ ਹਾਇਰ ਕੀਤੇ ਹੋਏ ਨੇ ਜਿਹੜੇ ਇਸ ਕੰਮ 'ਤੇ ਲੱਗੇ ਹੋਏ ਨੇ।
ਅੱਜ ਕੱਲ੍ਹ ਰਾਤੀਂ ਫਿਰ ਥੋੜ੍ਹੀ ਜਿਹੀ ਸਨੋਅ ਪਈ ਹੈ ਅਤੇ ਹੁਣ ਕੰਮ ਵੱਧ ਗਿਆ। ਆਹ ਮੈਂ ਛੋਟੀ ਜਿਹੀ ਪਾਇਲ ਬਣਾਈ ਸੀ ਜਦੋਂ ਪਹਿਲੀ ਦਫਾ ਸਨੋਅ ਪਈ, ਸਨੋਅ ਇਕੱਠੀ ਕਰਕੇ। ਹੋ ਗਿਆ ਜੀ ਮਾਸ਼ਾਅੱਲਾ ਸਫ਼ਰ ਸ਼ੁਰੂ, ਸਨੋਅ ਪੈ ਗਈ ਹੈ ਅਤੇ ਹੁਣ ਉਹ ਸਾਰੀਆਂ ਸਕਿੱਲਸ ਜਿਹੜੀਆਂ ਤੁਹਾਨੂੰ ਕੱਲ੍ਹ ਦੱਸੀਆਂ ਸੀਗੀਆਂ ਕਿ ਜਾਂ ਤਾਂ ਘਰ ਹੀ ਰਹੋ, ਬਿਹਤਰੀਨ ਚੀਜ਼ ਤਾਂ ਹੈ ਕਿ ਘਰ ਹੀ ਰਹੋ, ਅਗਰ ਚਾਰੋਂ ਸ਼ਾਨੇ ਚਿੱਤ ਹੋ ਗਏ ਤੁਹਾਨੂੰ ਬਾਹਰ ਨਿਕਲਣਾ ਪੈ ਹੀ ਗਿਆ ਅਤੇ ਫਿਰ ਜਨਾਬ ਹਾਇਰ ਗੇਅਰ ਦੇ ਵਿੱਚ ਲਾਓ, ਸਪੀਡਾਂ ਨਹੀਂ ਮਾਰਨੀਆਂ ਅਤੇ ਕੀ ਕਹਿੰਦੇ ਹੁੰਦੇ ਯਕਦਮ ਬ੍ਰੇਕਾਂ ਨਹੀਂ ਮਾਰਨੀਆਂ। ਜ਼ਾਹਰ ਜਦੋਂ ਅਸੀਂ ਸਲੋਅ ਰੱਖੋਗੇ, ਸਪੀਡ ਨੂੰ ਕੰਟਰੋਲ 'ਚ ਰੱਖੋਗੇ ਅਤੇ ਚਾਂਸਿਸ ਨੇ ਕਿ ਤੁਹਾਨੂੰ ਸਪੀਡਾਂ ਨਹੀਂ ਮਾਰਨੀਆਂ ਪੈਣਗੀਆਂ, ਬ੍ਰੇਕਾਂ ਨਹੀਂ ਮਾਰਨੀਆਂ ਪੈਣਗੀਆਂ। ਚਲੋ ਜੀ ਬਿਸਮਿਲ੍ਲਾ ਪੜ੍ਹਦੇ ਹਾਂ, ਅੱਲਾ ਦਾ ਨਾਂ ਲੈਂਦੇ ਹਾਂ, ਅੱਲਾ ਪਾਕ ਖੈਰੋ ਫੀਰ ਨਾ ਪਚਾਵੇ ਅਤੇ ਖੈਰੋ ਫੀਰ ਨਾ ਵਾਪਸ ਲੈ ਕੇ ਆਵੇ। ਲੈਟਸ ਸਟਾਰਟ ਦ ਡੇ। ਜਦੋਂ ਸਨੋਅ ਪੈਂਦੀ ਹੈ ਨਾ ਮਾੜੀ ਮੋਟੀ ਤਾਂ ਫਿਰ ਬਿਲਡਿੰਗ ਦੀਆਂ ਛੱਤਾਂ ਵਾਈਟ ਵਾਈਟ ਹੋ ਜਾਂਦੀਆਂ, ਬਹੁਤ ਸੋਹਣੀਆਂ ਲੱਗਦੀਆਂ ਨੇ, ਔਰ ਫੁੱਟਪਾਥ ਯੂ ਕੈਨ ਸੇ ਸੀ ਬੜਾ ਖੁਸ਼ਗਵਾਰ ਨਜ਼ਾਰਾ ਪੇਸ਼ ਕਰਦੇ ਨੇ। ਬਟ ਨਜ਼ਾਰਾ ਹੀ ਪੇਸ਼ ਕਰਦੇ ਨੇ, ਇਹਨਾਂ ਦੇ ਉੱਤੇ ਤੁਰਨਾ ਜਿਹੜਾ ਹੈ ਨਾ ਉਹ ਕੀ ਕਹਿੰਦੇ ਹੁੰਦੇ ਜੂਏ ਸ਼ੀਰ ਲਾਣੇ ਕੇ ਬਰਾਬਰ ਹੋ ਜਾਂਦਾ ਹੈ। ਬਟ ਸਨੋਅ ਇਜ਼ ਇਟ ਸੈਲਫ ਯਾਰ, ਅਗਰ ਤੁਸੀਂ ਪ੍ਰੋਪਰ ਗੇਅਰ ਪਾਇਆ ਹੋਇਆ ਨਾ, ਤੁਸੀਂ ਕੱਪੜੇ ਵਗੈਰਾ ਚੰਗੇ ਪਾਏ ਹੋਏ ਨੇ, ਦੈਨ ਸਨੋਅ ਇਜ਼ ਆਲਵੇਜ਼ ਵੈਰੀ ਐਂਟਰਟੇਨਿੰਗ ਐਂਡ ਇੰਜੋਏਬਲ ਚੀਜ਼ ਹੈ। ਬਹੁਤ ਮਜ਼ੇਦਾਰ ਆ ਯਾਰ, ਆਈ ਲਵ ਇਟ। ਪ੍ਰਿਡਿਕਸ਼ਨ ਚੱਲ ਰਹੀ ਹੈ ਇੱਥੇ, ਮੈਂ ਪਿਛਲੇ ਵੀਕ ਸ਼ਾਇਦ ਉਸ ਤੋਂ ਪਿਛਲੇ ਵੀਕ ਪੜ੍ਹਿਆ ਸੀਗਾ ਕਿ ਪਿਛਲੇ 15 ਸਾਲਾਂ ਦੇ ਰਿਕਾਰਡ ਸਨੋਅ ਪੈਣੀ ਹੈ ਜੀ ਹੁਣ ਅਗਲੇ 2 ਹਫ਼ਤਿਆਂ ਦੇ ਵਿੱਚ, ਅਤੇ 2 ਦਫ਼ਾ ਸਨੋਫਾਲ ਹੋ ਚੁੱਕੀ ਹੈ ਲੇਕਿਨ ਹਾਲੇ ਤੱਕ ਅਸੀਂ ਇਹ ਨਹੀਂ ਕਹਿ ਸਕਦੇ ਕਿ ਕੋਈ ਜਨਾਬ ਰਿਕਾਰਡ ਬ੍ਰੇਕਿੰਗ ਸਨੋਅ ਪਈ ਹੈ। ਆਰਡਨਰੀ ਜੀ ਬਰਫ਼ ਪਈ ਹੈ, ਅਤੇ ਪਹਿਲਾਂ ਜਿਹੜੀ ਪਈ ਸੀ ਨਾ ਉਹ ਇੰਨੀ ਸੀ ਕਿ ਤੁਸੀਂ ਜਨਾਬ ਬਾਹਰ ਨਿਕਲ ਕੇ ਸ਼ਵਲ ਨਾਲ ਇਕੱਠੀ ਕਰ ਸਕੋ, ਅਤੇ ਮੈਂ ਕੀਤੀ ਵੀ ਹੈ ਉਹ, ਬਸ ਉਹ ਵੀ ਮਜ਼ੇ ਵਾਸਤੇ ਕਿ ਜਨਾਬ ਜ਼ਰਾ ਇੱਕ ਉਹ ਫੀਲ ਹੁੰਦੀ ਆ ਸਨੋਅ ਇਕੱਠੀ ਕਰਨੀ, ਅਤੇ ਬਾਅਦ 'ਚ ਉਹ ਬਾਹਰ ਪਾਇਲ ਜੀ ਬਣਾ ਕੇ ਰੱਖ ਦੇਣਾ ਜਿਹੜੀ ਮੈਂ ਬਣਾਈ ਹੋਈ ਹੈ। ਅਤੇ ਲੇਕਿਨ ਨਾ ਉਦੋਂ ਹੋਈ ਸੀ, ਜ਼ਰਾ ਮੁਨਾਸਿਬ ਹੋਈ ਸੀ, ਅਤੇ ਹੁਣ ਹੁਣ ਨਾ ਜਨਾਬ ਬਿਲਕੁਲ ਹੀ ਇੰਨੀ ਕੁ ਹੋਈ ਹੈ ਕਿ ਬਸ ਸਰਫਸ ਹੀ ਚਿੱਟੀ ਜਿਹੀ ਹੋਈ ਹੈ, ਅਤੇ ਸਨੋਅ ਵਾਲੀ ਗੱਲ ਨਹੀਂ ਹੈਗੀ। ਲੇਕਿਨ ਮੈਂ ਉਮੀਦ ਕਰਦਾ ਕਿ ਜੇ ਉਹਨਾਂ ਨੇ ਕਿਹਾ ਹੈ ਕਿ ਜਨਾਬ 15 ਸਾਲਾਂ ਦੀ ਰਿਕਾਰਡ ਬ੍ਰੇਕਿੰਗ ਸਨੋਅ ਪੈਣੀ ਹੈ, ਅਤੇ ਫਿੰਗਰਸ ਕ੍ਰੋਸਡ ਲੈਸ ਹੋਪ ਕਿ ਜਨਾਬ ਪਵੇ, ਅਤੇ ਅਸੀਂ ਵੀ ਜਨਾਬ ਇੰਜੋਏ ਕਰੀਏ ਸਨੋਅ ਨੂੰ। ਮੇਰੇ ਖਿਆਲ ਰੋਡ ਦੇ ਉੱਤੇ ਗ੍ਰੇਟਿੰਗ ਹੋਈ ਹੋਈ ਸੀ ਨਾ, ਉਹਦੀ ਵਜ੍ਹਾ ਤੋਂ ਰੋਡ ਦੇ ਉੱਤੇ ਕੁਛ ਗੱਡੀਆਂ ਚੱਲ ਚੱਲ ਕੇ ਫਿਰ ਉਸ ਗ੍ਰੇਟ ਦੇ ਨਾਲ ਮਿਕਸ ਹੋ ਕੇ ਨਾ ਇਹੋ ਜਿਹਾ ਕਲਰ ਜਿਹਾ ਬਣ ਜਾਂਦਾ ਸਨੋਅ ਦਾ। ਬਟ ਗੁੱਡ ਥਿੰਗ ਇਹ ਹੁੰਦੀ ਹੈ ਕਿ ਗ੍ਰੇਟਿੰਗ ਦੀ ਵਜ੍ਹਾ ਤੋਂ ਨਾ ਜੰਮਦੀ ਨਹੀਂ ਹੈਗੀ। ਲਓ ਜੀ ਹੁਣ ਪਹੁੰਚ ਗਏ ਹਾਂ ਘਰ, ਵਰਕਿੰਗ ਫਰੋਮ ਹੋਮ। ਮੈਂ ਤੇਰਾ ਬਸ ਕੰਪਿਊਟਰ ਸਟਾਰਟ ਕਰ ਲਵਾਂ, ਸੈਟਅਪ ਕਰ ਲਵਾਂ, ਦੈਨ ਆਮ ਗੋਨਾ ਡੂ ਮਾਈ ਬ੍ਰੈਕਫਾਸਟ, ਅਤੇ ਉਸ ਤੋਂ ਬਾਅਦ ਓਬਵੀਅਸਲੀ ਫਿਰ ਕੰਮ ਧੰਦੇ 'ਚ ਮਸਰੂਫ ਹੋ ਜਾਣਾ। ਅੱਜ ਫਰਾਈਡੇ ਆ, ਜਿਵੇਂ ਤਾਂ ਨਹੀਂ ਅੱਜ ਜਾ ਹੋਣਾ ਕਿਉਂਕਿ ਸਕੂਲੋਂ ਪਿੱਕ ਕਰਨਾ ਕਾਕੇ ਨੂੰ, ਅਤੇ ਇਨਸ਼ਾਅੱਲਾ ਫਿਰ ਤੁਹਾਡੇ ਨਾਲ ਮੁਲਾਕਾਤ ਹੋਗੀ ਅਗਲੇ ਵਲੋਗ ਦੇ ਵਿੱਚ। ਅੱਜ ਦੇ ਵਲੋਗ ਨੂੰ ਹੁਣ ਇੱਥੇ ਖਤਮ ਕਰ ਦੇ ਕਿਉਂਕਿ ਇਹ ਕੰਟੀਨਿਊਸ਼ਨ ਹੋ ਗਈ ਆ ਫਰੋਮ ਯੈਸਟਰਡੇ ਟੂ ਟੂਡੇ। ਅੱਜ ਕੰਮ ਸ਼ਮ ਕਰਦੇ ਹਾਂ, ਤੁਹਾਡੇ ਨਾਲ ਮੁਲਾਕਾਤ ਹੋਗੀ ਅਗਲੇ ਵਲੋਗ ਦੇ ਵਿੱਚ। ਆਪਣਾ ਖਿਆਲ ਰੱਖਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਵੀਡੀਓ ਨੂੰ ਲਾਈਕ ਕਰ ਦਿਓ। ਥੈਂਕ ਯੂ ਵੈਰੀ ਮੱਚ, ਅੱਲਾ ਹਾਫਿਜ਼।